ਬੈਠੇ ਤੁਸੀਂ ਬਾਕੀ ਹਲਕਾ ਸਾਂਭੋ, ਇੱਥੇ ਤੁਹਾਨੂੰ ਜਾਣ ਦੀ ਲੋੜ ਨਹੀਂ। ਤੇ ਜਦ ਸਿਹਤ ਥੋੜੀ ਜੀ ਸਾਥ ਨਹੀਂ ਦਿੰਦੀ ਸੀ ਤੇ ਫਿਰ ਬੜੇ ਚਾਅ ਦੇ ਨਾਲ ਹਮੇਸ਼ਾ ਪੁੱਛਿਆ ਕਰਦੇ ਸੀ ਕਿਹੜੇ ਪਿੰਡ ਚ ਜਾ ਰਹੇ ਹੋ, ਫਿਰ ਉਹਨਾਂ ਪਿੰਡਾਂ ਦੇ ਵਰਕਰਾਂ ਨੂੰ ਉਹਨਾਂ ਨੇ ਆਪ ਫੋਨ ਕਰਨਾ, ਤੇ ਮੇਰੇ ਹਰੇਕ ਇਲੈਕਸ਼ਨ ਦੀ, ਮੇਰੇ ਹਰੇਕ ਦੌਰੇ ਦੀ ਬਹੁਤ ਚਿੰਤਾ ਕਰਦੇ ਸੀ। ਅੱਜ ਜਿੰਨੀ ਘਾਟ ਕਮੀ ਮੈਨੂੰ ਉਹਨਾਂ ਦੀ ਮਹਿਸੂਸ ਹੋ ਰਹੀ ਹੈ, ਸ਼ਾਇਦ ਸਾਰੇ ਪੰਜਾਬ ਨੂੰ ਵੀ ਸਾਡੇ ਬਾਪੂ ਦੀ ਘਾਟ ਮਹਿਸੂਸ ਹੋ ਰਹੀ ਹੈ। ਤੇ ਇਹ ਨੇੜੇ ਤੇੜੇ ਦੇ ਜਿਹੜੇ ਪਿੰਡ ਸੀਗੇ, ਇਹ ਤਾਂ ਉਹਨਾਂ ਵਾਸਤੇ ਜਿੱਥੇ ਸਾਰਾ ਲੰਮੀ ਹਲਕਾ ਉਹਨਾਂ ਵਾਸਤੇ ਬਹੁਤ ਖਾਸ ਸੀਗਾ, ਪਰਿਵਾਰ ਸੀਗਾ, ਲੇਕਿਨ ਨੇੜੇ ਤੇੜੇ ਦੇ ਪਿੰਡਾਂ ਚ ਤਾਂ ਸਾਰੀ ਉਮਰ ਤੁਹਾਡੇ ਕਈ ਪੀੜੀਆਂ ਨੇ ਉਹਨਾਂ ਦੇ ਨਾਲ ਬਿਤਾਈ ਤੇ ਉਹਨਾਂ ਨੇ ਤੁਹਾਡੇ ਵਿੱਚ ਵਿਚਰ ਕੇ ਸੁੱਖ ਦੁੱਖ ਵਿੱਚ ਸਾਂਝ ਪਾਈਆਂ। ਜਿਸ ਇਲਾਕੇ ਵਿੱਚ ਜਿਸ ਚੀਜ਼ ਦੀ ਲੋੜ ਸੀ, ਅੱਜ ਤੁਹਾਡੇ ਪਿੰਡ ਚ ਕੋਈ ਵੀ ਵਿਕਾਸ ਦੀ ਚੀਜ਼ ਇੱਕ ਇੱਕ ਇੱਟ ਬਾਦਲ ਸਾਹਿਬ ਦੀ ਰੱਖੀ ਹੋਈ ਹੈ। ਤੇ ਇਹੋ ਜਿਹੀ ਸੋਚ ਜਦ ਅੱਜ ਦੇਖਦੇ ਹਾਂ ਕਿ ਸਰਕਾਰਾਂ ਇਕੱਲੇ ਵੋਟਾਂ ਦੇ ਵੇਲੇ ਉਮੀਦਵਾਰ ਨਿਕਲ ਕੇ ਆਉਂਦੇ ਨੇ ਤੇ ਫਿਰ ਵੱਡੀਆਂ ਵੱਡੀਆਂ ਗੱਲਾਂ ਕਰਕੇ, ਵੱਡੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੀ ਵੋਟਾਂ ਲੁੱਟ ਕੇ ਮਗਰੋਂ ਨਜ਼ਰ ਤੱਕ ਨਹੀਂ ਆਉਂਦੇ ਨੇ। ਇਹਨਾਂ ਸਮਿਆਂ ਚ ਬਾਦਲ ਸਾਹਿਬ ਦੀ ਯਾਦ ਆਉਂਦੀ ਹੈ, ਜਿਨ੍ਹਾਂ ਦੀ ਜ਼ਬਾਨ ਹੀ ਇਹੋ ਜਿਹੀ ਪੱਕੀ ਸੀ ਕਿ ਇੱਕ ਵਾਰੀ ਜੇ ਉਹਨਾਂ ਨੇ ਕਹਿਤਾ ਬੰਦੇ ਨੂੰ ਵਿਸ਼ਵਾਸ ਸੀ ਕਿ ਹੁਣ ਕਰਕੇ ਹੀ ਦਿਖਾਣਗੇ ਜੇ ਕਿਹਾ ਹੈ। ਤੇ ਅੱਜ ਭਾਵੇਂ ਕੋਈ ਗਾਰੰਟੀ ਦੇ ਦੂਜੇ ਵਿਰੋਧੀ, ਭਾਵੇਂ ਵਾਅਦੇ ਕਰਦੇ, ਕਿਸੇ ਨੂੰ ਭਰੋਸਾ ਹੀ ਨਹੀਂ ਕਿ ਕਦੇ ਕੋਈ ਪੂਰਾ ਵੀ ਕਰੂਗਾ। ਤੇ ਅੱਜ ਆਪਾਂ ਦੇਖਦੇ ਹਾਂ ਕਿ ਸਵੇਰੇ ਕਿਸ ਪਾਰਟੀ ਚ ਨੇ, ਸ਼ਾਮ ਨੂੰ ਕਿਸ ਪਾਰਟੀ ਚ ਨੇ, ਕਦੇ ਹਲਕਾ ਬਦਲ ਲਿਆ, ਕਦੇ ਪਾਰਟੀ ਬਦਲ ਲਈ। ਤੇ ਫਿਰ ਦਿੱਲੀ ਦੀ ਸਰਕਾਰ ਜੇ ਆਪਾਂ ਬਣਾਉਣੀ ਹੈ ਤੇ ਦਿੱਲੀ ਭੇਜਣਾ, ਤਾਂ ਕੀ ਵਿਸ਼ਵਾਸ ਰੱਖ ਸਕਦੇ ਹਾਂ ਕਿ ਜਿਹੜੇ ਪਾਰਟੀਆਂ ਤੇ ਹਲਕੇ ਬਦਲ ਸਕਦੇ ਨੇ ਉਹ ਦਿੱਲੀ ਜਾ ਕੇ ਖੜਨਗੇ? ਤੇ ਇੱਕ ਉਹ ਬਾਦਲ ਸਾਹਿਬ ਜਿਨ੍ਹਾਂ ਨੇ ਮੈਨੂੰ ਲੱਗਦਾ 25 ਸਾਲ ਜਿੱਥੇ ਖੜ ਗਏ ਹਲਕੇ ਚ, 25-26 ਸਾਲ ਤੁਹਾਡੇ ਵਿੱਚ ਹੀ ਰਹੇ, ਇਸ ਤੋਂ ਪਹਿਲੇ ਗਿੱਦੜਵਾ ਤੇ ਫਿਰ ਖੜੇ ਸੀ ਤੇ ਉੱਥੇ ਹੀ ਖੜੇ ਸੀ, ਨਾ ਕਦੇ ਪਾਰਟੀ ਸੋਚਣ ਦੀ ਬਦਲਣ ਦੀ ਸੋਚ ਸਕਦੇ ਸੀ ਤੇ ਨਾ ਕੋਈ ਹਲਕਾ ਸੋਚਣ ਦੀ। ਤੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ ਕਿ ਸਾਡੇ ਵਰਗਿਆਂ ਨੂੰ ਵੀ ਇਹੋ ਜਿਹਾ ਕੰਮ, ਇਹੋ ਜਿਹੇ ਰਾਹ ਤੇ ਚੱਲਣ ਵਾਸਤੇ ਇੱਕ ਚਾਨਣ ਮੁਨਾਰਾ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਮਿਲਿਆ। ਭਾਵੇਂ ਸਾਨੂੰ ਵੀ ਅੱਜ ਬੜਾ ਸੌਖਾ ਸੀ ਕਿ ਕਿਸੇ ਦੇ ਨਾਲ ਭਾਈਵਾਲੀ ਪਾ ਲਈਏ, ਕੁਰਸੀ ਸੌਖੀ ਨਿਕਲ ਜੂਗੀ, ਲੇਕਿਨ ਬਾਦਲ ਸਾਹਿਬ ਤੋਂ ਸਿੱਖਿਆ ਕਿ ਅਸੂਲਾਂ 'ਚ ਖੜਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਹੁਦੇ, ਕੁਰਸੀਆਂ, ਸਰਕਾਰਾਂ, ਇਹਨਾਂ ਦੇ ਕੋਈ ਮਤਲਬ ਨਹੀਂ ਹੁੰਦਾ ਹੈ। ਹੱਕਾਂ ਲੋਕਾਂ ਦੇ ਹੱਕਾਂ ਤੇ ਭਾਵੇਂ ਜਿੰਨੀ ਵੱਡੀ ਸਰਕਾਰਾਂ ਹੈਗੀਆਂ ਉਹਨਾਂ ਦੇ ਨਾਲ ਟੱਕਰ ਲੈਣ ਵਾਸਤੇ, ਭਾਵੇਂ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕੱਟੀਆਂ ਤੇ ਉਹ ਵੀ ਕੱਟੀਆਂ, ਭਾਵੇਂ ਲੜਾਈਆਂ ਲੜੀਆਂ ਤੇ ਉਹ ਵੀ, ਉਹਨਾਂ ਦਾ ਇਤਿਹਾਸ ਤੁਹਾਡੇ ਸਾਹਮਣੇ। ਜਿੱਥੇ ਅੱਜ ਤੁਹਾਡੀ ਆ ਧੀ ਤੁਹਾਡੇ ਕੋਲ ਆਈ ਹੈ, ਭੈਣ ਆਈ ਹੈ, ਜਿਵੇਂ ਬਾਦਲ ਸਾਹਿਬ ਦੇ ਸਮੇਂ ਚ ਤੁਸੀਂ ਆਸ਼ੀਰਵਾਦ ਦਿੱਤਾ, ਮੈਂ ਆਸ ਰੱਖਦੀ ਹਾਂ ਕਿ ਇਹ ਸਾਰੇ ਲੋਕੀ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਬਾਦਲ ਸਾਹਿਬ ਦੇ ਖਿਲਾਫ, ਮੇਰੇ ਵਿਰੋਧੀ ਆਣਗੇ ਤੁਹਾਡੇ ਕੋਲ, ਉਹਨਾਂ ਦੇ ਕੋਲ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣ ਲਈ ਕੁਛ ਨਹੀਂ ਹੋਊਗਾ। ਉਹ ਇਕੱਲੇ ਜਿਵੇਂ ਇਹਨਾਂ ਦੋਵਾਂ ਪ੍ਰਚਾਰ ਕਰਕੇ ਕਦੇ ਬਾਦਲ ਸਾਹਿਬ ਦੇ ਉੱਤੇ, ਸਾਡੀ ਪਾਰਟੀ ਦੇ ਉਹਦੇ ਗੰਦੇ ਦੋਸ਼ ਲਾਉਂਦੇ ਸੀ ਕਿ ਨਸ਼ੇ ਵੇਚਦੇ ਆ, ਤੇ ਅੱਜ ਜੇ ਦੇਖੀਏ 7 ਸਾਲਾਂ 'ਚ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ। ਜਿਹੜੇ ਕਹਿੰਦੇ ਸੀ ਵੱਡੇ ਮਗਰਮੱਛ ਫੜਾਂਗੇ ਆਪਾਂ, ਅੱਜ ਮਗਰਮੱਛਾਂ ਦੇ ਨਾਲ ਰਲ ਕੇ ਗਲੀ ਗਲੀ ਤਾਈਂ ਚਿੱਟਾ ਭੇਜ ਕੇ ਸਾਡੀ ਜਵਾਨੀ ਨੂੰ ਰੋਲਣ ਦਾ ਕੰਮ ਇਹ ਦੋਵਾਂ ਪਾਰਟੀਆਂ ਨੇ 7 ਸਾਲਾਂ 'ਚ ਕੀਤਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਨੇ, ਇਹਨਾਂ ਨੂੰ ਕੱਢੋ, ਅਸੀਂ ਦੋਸ਼ੀ ਫੜ ਕੇ ਲਾਣਗੇ। ਤੇ 7 ਸਾਲਾਂ 'ਚ ਇੱਕ ਦੋਸ਼ੀ ਫੜ ਕੇ ਨਹੀਂ ਲਾਏ, ਹੁਣ ਬੇਅਦਬੀਆਂ ਰੋਜ਼ ਹੁੰਦੀਆਂ, ਉਹਦੀ ਚਰਚਾ ਤੱਕ ਨਹੀਂ ਕਰਦੇ। ਝੂਠਾ ਪੰਡੀ ਪ੍ਰਚਾਰ, ਤੇ ਫਿਰ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਨਕਾਰ ਕੇ ਕਹਿੰਦੇ ਅਸੀਂ ਤਾਂ ਤੁਹਾਨੂੰ ਘਰ ਘਰ ਨੌਕਰੀਆਂ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਦੇਵਾਂਗੇ, ਅਸੀਂ ਇਹਨਾਂ ਨੂੰ ਮੋਬਾਈਲ ਫੋਨ ਦੇਵਾਂਗੇ, ਕਰਜ਼ਾ ਮਾਫ ਕਰ ਦਾਂਗੇ ਆੜ੍ਹਤੀਆਂ ਦਾ, ਬੈਂਕਾਂ ਦਾ। ਤੇ ਫਿਰ 5 ਸਾਲ ਸੱਤਾ ਹੰਡਾਈ, ਲਾਹਾ ਲਿੱਤਾ, ਕਿਹਨੂੰ ਨੌਕਰੀ ਮਿਲੀ, ਕਿਹਨੂੰ ਬੇਰੋਜ਼ਗਾਰੀ ਭੱਤਾ ਮਿਲਿਆ,
ਕਿਨੂ ਮੋਬਾਇਲ ਫੋਨ ਮਿਲਿਆ, ਕਿਹਦਾ ਸਾਰਾ ਕਰਜ਼ਾ ਮਾਫ ਹੋਇਆ, ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਤੇ ਬਦਲਾਵ ਵਾਲੇ ਉਹਨਾਂ ਦੇ ਸਹਿਯੋਗੀ ਪਾਰਟੀ ਆ ਗਈ, ਉਸ ਤੋਂ ਵੀ ਵੱਡਾ ਝੂਠ, ਜਿਹੜਾ ਕਹਿੰਦਾ ਸੀ ਕਿ ਸੱਥਾਂ ਤੋਂ ਸਰਕਾਰ ਚੱਲੂਗੀ, ਤੁਹਾਡੇ ਵਿੱਚ ਰਵਾਂਗੇ, ਕੋਈ ਸਰਕਾਰੀ ਗੱਡੀ ਨਹੀਂ ਲੈਣੀ, ਕੋਈ ਸਿਕਿਉਰਿਟੀ ਨਹੀਂ ਲੈਣੀ, ਕੋਈ ਮਕਾਨ ਨਹੀਂ ਲੈਣਾ, ਤੁਹਾਡੇ ਵਰਗੇ ਆਮ ਬੰਦਿਆਂ ਦੀ ਤਰ੍ਹਾਂ ਹੋਣਾ। ਹੁਣ ਆਮ ਬੰਦਾ 2.5 ਸਾਲਾਂ ਚੋਂ ਜੇ ਕਿਸੇ ਨੂੰ ਨਜ਼ਰ ਵੀ ਆਉਂਦਾ, ਹੁਣ ਤਾਂ ਮੈਨੂੰ ਲੱਗਦਾ ਸੂਬੇ 'ਚ ਹੀ ਨਹੀਂ ਰਹਿੰਦਾ, ਆਪਦੀ ਕੁਰਸੀ ਦੀ ਖਾਤਰ ਮੈਨੂੰ ਲੱਗਦਾ ਇੱਕ ਮਕਾਨ ਕੀ 5 ਮਕਾਨ ਦਾ ਲਈ ਬੈਠਿਆ ਹੈਗਾ। ਸਿਕਿਉਰਿਟੀ ਤਾਂ ਜਿੰਨੀ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਦੀ ਤਾਂ ਮਾਤਾ ਜੀ ਤਾਂ ਭੈਣ ਜੀ ਦੀ, ਇਹਦੀ ਤਾਂ ਪਤਾ ਨਹੀਂ ਕਿੱਥੇ ਪਹੁੰਚੀ ਹੋਈ ਹੈ। ਸੋ ਹਰ ਪੱਖੋਂ ਹਰ ਤਰੀਕੇ ਦਾ ਝੂਠ, ਭਾਵੇਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਲਾਰਾ ਲਾਤਾ, ਤੇ ਬੀਬੀਆਂ ਨੇ ਵੀ ਸੋਚਿਆ ਵੀ ਸਾਰੇ ਹੀ ਬਾਦਲ ਸਾਹਿਬ ਵਰਗੇ ਨੇ, ਜੋ ਕਹਿੰਦੇ ਨੇ ਉਹ ਕਰਦੇ ਨੇ, ਤੇ ਬੀਬੀਆਂ ਨੇ ਵੀ ਵਿਸ਼ਵਾਸ ਕਰਕੇ ਜਿਉਂ ਝਾੜੂ ਦਾ ਬਟਨ ਨੱਪਿਆ, ਜਿਉਂ ਝਾੜੂ ਦਾ ਬਟਨ ਨੱਪਿਆ, ਇੰਨੀ ਵੱਡੀ ਸਾਰੀ ਸਰਕਾਰ ਇਹਨਾਂ ਦੀ ਬਣਾਤੀ, ਤੇ ਮੁੜ ਕੇ ਗੱਪੀ ਸਾਡੇ ਹੱਥ ਹੀ ਨਹੀਂ ਆਇਆ। ਇੱਕ ਮੌਕਾ ਮੰਗਿਆ ਸੀਗਾ, ਲੁੱਟ ਕੇ ਵੋਟਾਂ ਗਾਇਬ ਹੋ ਗਿਆ, ਛੂ ਮੰਤਰ ਦਿਸਦਾ ਹੀ ਨਹੀਂ ਹੈਗਾ। ਕੋਈ ਗੱਲ ਨਹੀਂ ਹੈ, ਭੁੱਲ ਜਾਂਦੇ ਨੇ ਉਸ ਅਹੁਦੇ 'ਚ ਬੈਠ ਕੇ, ਕੀ ਅਹੁਦੇ ਪਰ ਲੋਕਾਂ ਦੇ ਬਖਸ਼ੇ ਹੋਏ ਅਹੁਦੇ ਹੁੰਦੇ ਨੇ। ਤਾਕਤ ਤੁਹਾਡੇ ਹੱਥ ਵਿੱਚ ਹੈ ਜਿਹਦੇ ਨਾਲ ਵੋਟ ਤੁਸੀਂ ਪਾਉਂਦੇ ਹੋ, ਤੇ 1 ਤਰੀਕ ਨੂੰ ਜਿਹੜੀ ਤੁਸੀਂ ਵੋਟ ਪਾਓਗੇ, ਇਸ ਵੋਟ ਦੇ ਨਾਲ ਕੱਲੇ ਤੁਸੀਂ ਇਹ ਨਹੀਂ ਦੱਸੋਗੇ ਕਿ ਕਿਸ ਉਮੀਦਵਾਰ ਦੇ ਤੁਹਾਡੇ ਉੱਤੇ, ਤੁਹਾਨੂੰ ਕਿਸ ਉਮੀਦਵਾਰ ਦੇ ਉੱਤੇ ਭਰੋਸਾ ਹੈ ਕਿ ਉਸ ਦਿੱਲੀ ਦੀ ਸਰਕਾਰ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਬੇਬਾਕੀ ਦੇ ਨਾਲ ਆਵਾਜ਼ ਉਠਾਊਗਾ, ਸਾਡੇ ਹੱਕਾਂ ਦੀ ਰਾਖੀ ਵਾਸਤੇ ਲੜਾਈ ਲੜੂਗਾ, ਸਾਡੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਬੇਰੋਜ਼ਗਾਰਾਂ ਦੀ ਉੱਥੇ ਗੱਲ ਰੱਖੂਗਾ, ਤੇ ਉਸ ਦੇਸ਼ ਦੀ ਸਰਕਾਰ ਦੇ ਥੱਲੇ ਝੁੱਕ ਕੇ ਆਪਣੇ ਲੋਕਾਂ ਦੇ ਨਾਲ ਸੌਦੇਬਾਜ਼ੀ ਨਹੀਂ ਕਰੂਗਾ। ਅੱਜ ਮੈਂ ਆਸ ਕਰਦੀ ਹਾਂ ਜਿੱਥੇ ਇਹਦੇ ਬਾਰੇ ਵਿਚਾਰੋਂਗੇ ਤੇ ਦੂਜੇ ਪਾਸੇ ਤੁਸੀਂ ਮੋਹਰ ਲਾਓਗੇ ਕਿ ਕਿਹੜੀ ਸਰਕਾਰਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ, ਕਿਸ ਪਾਰਟੀ ਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ, ਤਾਂ ਫਿਰ 5 ਸਾਲਾਂ 'ਚ ਤੁਸੀਂ ਕਾਂਗਰਸ ਦਾ ਵੀ ਦੇਖ ਲਿਆ, 2.5 ਸਾਲ ਇਹਨਾਂ ਦਾ ਵੀ ਦੇਖ ਲਿਆ, ਤੇ ਬਾਦਲ ਸਾਹਿਬ ਦੀ ਤਾਂ ਤੁਸੀਂ ਬਹੁਤ ਲੰਬੀ ਚੌੜੀ ਸੇਵਾ ਤੁਸੀਂ ਦੇਖੀ ਹੈ, ਜਿੱਥੇ ਉਹਨਾਂ ਨੇ ਘਰ ਘਰ, ਜਿੱਥੇ ਬਜ਼ੁਰਗ ਬੈਠੇ ਨੇ ਬੇਰੋਜ਼ਗਾਰੀ, ਬਜ਼ੁਰਗਾਂ ਨੂੰ ਪੈਨਸ਼ਨਾਂ ਤਾਂ ਦਿੱਤੀਆਂ ਜਦ ਦੇਸ਼ 'ਚ ਕੋਈ ਨਹੀਂ ਦਿੰਦਾ ਸੀ, ਸ਼ਗਨ ਦੇ ਚੈੱਕ ਉਸ ਸਮੇਂ ਦਿੱਤੇ ਜਿੱਥੇ ਦੇਸ਼ 'ਚ ਕੋਈ ਨਹੀਂ ਦਿੰਦਾ ਸੀ, ਆਟੇ ਦਾਲ ਦੇ ਕਾਰਡ ਉਹਨਾਂ ਨੇ ਬਣਾਏ ਜਿੱਥੇ ਵੱਡੀਆਂ ਵੱਡੀਆਂ ਸਰਕਾਰਾਂ ਦੇਸ਼ ਦੀ ਸਰਕਾਰ ਤੱਕ ਨਹੀਂ ਦਿੰਦੀ ਸੀ, ਭਾਵੇਂ ਧੀਆਂ ਨੂੰ ਸਾਈਕਲਾਂ ਹੋਣ, ਭਾਵੇਂ ਗਰੀਬਾਂ ਨੂੰ ਮਕਾਨ ਹੋਣ, ਭਾਵੇਂ ਬੱਚਿਆਂ ਨੂੰ ਖੇਡਾਂ ਦਾ ਸਮਾਨ ਹੋਏ, ਪਿੰਡ ਪਿੰਡ 'ਚ ਜਿਮ ਹੋਏ, ਆਰਓ ਸਿਸਟਮ ਹੋਏ, ਮੋਟਰਾਂ ਦੇ ਕਨੈਕਸ਼ਨ ਕਿਸਾਨਾਂ ਵਾਸਤੇ ਹੋਣ, ਖਾਲ ਕੱਸੀ ਨਹਿਰਾਂ ਕੱਢੀਆਂ, ਕੀ ਕੁਛ ਉਹਨਾਂ ਲਿੰਕ ਸੜਕਾਂ ਬਣਾਈਆਂ, ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ, ਤੁਹਾਡੇ ਪਰਿਵਾਰ 'ਚ ਵੀ ਰਜਿਸਟਰੀਆਂ ਵੀ ਫੀ ਮਾਫ ਹੋਏ, ਜਿੰਨਾ ਕਿਸਾਨੀ ਵਾਸਤੇ ਕੀਤਾ, ਜਾਂ ਤੁਹਾਡੇ ਆਪਣੇ ਇਸ ਪਿੰਡ 'ਚ ਵੀ ਜੇ ਮੈਂ ਕਹਾਂ, ਭਾਵੇਂ ਸਕੂਲ ਤੁਹਾਡਾ ਅਪਗ੍ਰੇਡ ਹੋਇਆ ਹੈ, ਜਾਂ ਫਿਰ ਗਰੀਬਾਂ ਨੂੰ ਮਕਾਨ ਮਿਲੇ ਨੇ, ਜਾਂ ਫਿਰ ਵਾਟਰ ਵਰਕਸ ਬਣਿਆ ਹੈ, ਗਲੀਆਂ ਨਾਲੀਆਂ, ਜਿੰਨਾ ਕੁਛ ਸਾਰੇ ਪੰਜਾਬ 'ਚ ਲੋਕੀ ਕਹਿੰਦੇ ਨੇ ਜੇ ਹਲਕਾ ਹੋਏ ਤਾਂ ਲੰਬੀ ਵਰਗਾ ਹੋਏ, ਕਿਉਂਕਿ ਜਿੰਨੇ ਕੰਮ ਲੰਬੀ ਹਲਕੇ 'ਚ ਹੋਏ ਉਹ ਪੰਜਾਬ ਦੇ ਜਿੰਨੇ ਮੁੱਖ ਮੰਤਰੀ ਹੋਣ ਉਹਨਾਂ ਦਾ ਵੀ ਇਲਾਕਾ ਦੇਖ ਲਓ, ਨੇੜੇ ਤੇੜੇ ਕੋਈ ਤਾਲਮੇਲ ਨਹੀਂ, ਸੱਚ ਦੀ ਤਕੜੀ 'ਚ ਜੇ ਤੋਲ ਕੇ ਦੇਖੋਗੇ ਤੇ ਫਿਰ ਹੱਕ ਇਸ ਤਕੜੀ ਦਾ ਬਣਦਾ ਕਿ ਪੰਜਾਬ ਦੇ ਲੋਕੀ ਇਸ ਤਕੜੀ ਦਾ ਸਾਥ ਦੇਣ। ਅੱਜ ਇੰਨੀ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਬਾਦਲ ਸਾਹਿਬ ਵਰਗੇ ਤਾਂ ਆਪਾਂ ਕਦੇ ਬਣ ਨਹੀਂ ਸਕਦੇ, ਕਿਉਂਕਿ ਕਦੇ ਕਦੇ ਰੱਬ ਇਹੋ ਜਿਹੇ ਇਨਸਾਨ ਬਣਾਉਂਦਾ ਹੈ, ਲੇਕਿਨ ਅੱਜ ਜਦ ਤੁਹਾਡੇ ਵਿੱਚ ਵੀ ਪਰਿਵਾਰਾਂ 'ਚ ਜਦ ਵੱਡੇ ਵਡੇਰੇ ਚਲੇ ਜਾਂਦੇ ਨੇ ਤੇ ਜ਼ਿੰਮੇਵਾਰੀ ਬੱਚਿਆਂ ਦੇ ਉੱਤੇ ਪੈਂਦੀ ਹੈ ਤੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਬੇਟਾ ਚੰਗਾ ਫਿਰ ਜਿਵੇਂ ਤੁਹਾਡੇ ਪਿਓ ਨੇ ਨਿਭਾਈ ਸੀ ਸਾਡੇ ਨਾਲ ਉਸ ਤਰ੍ਹਾਂ ਨਿਭਣਾ, ਅੱਜ ਆਹੀ ਬੇਨਤੀ ਕਰਦੀ ਹਾਂ ਕਿ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਨਾਲ ਸੀਗੇ, ਅੱਜ ਉਹ ਤਾਂ ਸਾਡੇ ਵਿੱਚ ਰਹੇ ਨਹੀਂ, ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਬਾਦਲ ਸਾਹਿਬ ਨੂੰ ਵੀ ਅਸੀਂ ਲੱਭਦੇ ਹਾਂ, ਤੇ ਜਿਵੇਂ ਉਹਨਾਂ ਦੇ ਸਮੇਂ ਆਸ਼ੀਰਵਾਦ ਦਿੰਦੇ ਸੀ, ਅੱਜ ਜਿਹੜੇ ਲੋਕੀ ਉਹਨਾਂ ਨੂੰ ਭੰਡ ਕੇ ਕਹਿੰਦੇ ਨੇ ਹੁਣ ਬਾਦਲ ਸਾਹਿਬ ਨਹੀਂ ਰਹੇ, ਤੇ ਉਸ ਬਾਦਲ ਸਾਹਿਬ ਦੀ ਸੋਚ ਦੇ ਨਾਲ ਉਹਨਾਂ ਦਾ ਹਲਕਾ ਅਜੇ ਵੀ ਖੜਿਆ ਹੈ। ਮੈਂ ਆਸ ਕਰਦੀ ਹਾਂ ਤੁਸੀਂ 1 ਤਰੀਕ ਨੂੰ
ਪਹਿਲੇ ਤੋਂ ਵੀ ਵੱਧ ਮੋਹਰਾ ਲਾ ਕੇ ਬਾਦਲ ਸਾਹਿਬ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦਿਓਗੇ ਤੇ ਉਹਨਾਂ ਲੋਕਾਂ ਨੂੰ ਸਬਕ ਸਿਖਾਓਗੇ ਜਿਹੜੇ ਤੁਹਾਡੇ ਕੋਲ ਕੱਲੇ ਵੋਟਾਂ ਵੇਲੇ ਆ ਕੇ ਝੂਠ ਮਾਰ ਕੇ ਲਾਰੇ ਲਾ ਕੇ ਮੁੜ ਕੇ ਕਦੇ ਤੁਹਾਡੇ ਮਗਰ ਆਉਂਦੇ ਨਹੀਂ ਕਿ ਪੰਜਾਬ ਦੀ ਜਨਤਾ ਨੂੰ ਇਹੋ ਜਿਹੀ ਸੇਵਾ ਪ੍ਰਵਾਨ ਹੈ ਜਿਹੋ ਜਿਹੀ ਸੇਵਾ ਬਾਦਲ ਸਾਹਿਬ ਤੇ ਤੱਕੜੀ ਨੇ ਕੀਤੀ ਤੇ ਮੈਂ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਲਾਨੀ ਹੈ ਪੂਰੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਬਾਦਲ ਸਾਹਿਬ ਨਿਭਦੇ ਸੀ ਹੌਲੀ ਹੌਲੀ ਤੁਹਾਡੇ ਤੋਂ ਸਿੱਖ ਜਾਵਾਂਗੇ ਤੇ ਉਹਨੀ ਤਰ੍ਹਾਂ ਉਹਨਾਂ ਦੀ ਤਰ੍ਹਾਂ ਅਸੀਂ ਵੀ ਤੁਹਾਡੇ ਵਿੱਚ ਨਿਭਾਂਗੇ ਤੇ ਤੁਹਾਡੇ ਨਾਲ ਵਰਤਿਆ ਕਰਾਂਗੇ ਸੋ ਬਹੁਤ ਬਹੁਤ ਤੁਹਾਡੇ ਸਾਰਿਆਂ ਦੇ ਇੱਥੇ ਆਉਣ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਆਸ ਕਰਦੀ ਹਾਂ ਆਪਦੀ ਭੈਣ ਦੇ ਤੁਸੀਂ ਲਾਜ ਰੱਖੋਗੇ ਤੇ ਤੱਕੜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਇੱਕ ਵਾਰ ਫੇਰ ਆਪਣੀ ਸੇਵਾ ਕਰਨ ਦਾ ਮੌਕਾ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ